ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਆਏ ਮੁੰਡੇ ਦੇ ਸਿਕਿਉਰਿਟੀ ਗਾਰਡ ਨੇ ਮਾਰੀ ਗੋਲੀ, ਹੋਈ ਮੌਤ। ਤੁਹਾਨੂੰ ਦੱਸ ਦਿਓ ਕਿ ਖਬਰ ਮੋਹਾਲੀ ਦੀ ਹੈ, ਜਿੱਥੇ ਮੋਹਾਲੀ ਦੇ ਵਿੱਚ ਇੱਕ ਨੌਜਵਾਨ ਆਪਣੀ ਮਾਤਾ ਦੇ ਨਾਲ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਆਇਆ ਸੀ, ਤਾਂ ਜਦੋਂ ਪੈਸੇ ਕਢਵਾਉਣ ਦੇ ਲਈ ਬੈਂਕ ਅੰਦਰ ਜਾਣ ਲੱਗਾ ਤਾਂ ਕਿਸੇ ਗੱਲ ਨੂੰ ਲੈ ਕੇ ਉਸਦੀ ਸਿਕਿਉਰਿਟੀ ਗਾਰਡ ਦੇ ਨਾਲ ਬਹਿਸਬਾਜ਼ੀ ਹੋ ਗਈ, ਦੋਵੇਂ ਇੱਕ ਦੂਸਰੇ ਦੇ ਨਾਲ ਬਹਿਸਣ ਲੱਗ ਪਏ, ਤਾਂ ਜਿਸ ਦੀਆਂ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਜਦੋਂ ਬਹਿਸਬਾਜ਼ੀ ਜ਼ਿਆਦਾ ਵੱਧ ਗਈ ਤਾਂ ਸਿਕਿਉਰਿਟੀ ਗਾਰਡ ਨੇ ਆਪਣੀ ਬੰਦੂਕ ਦੇ ਨਾਲ ਉਸ ਨੌਜਵਾਨ 'ਤੇ ਗੋਲੀ ਚਲਾ ਦਿੱਤੀ, ਤਾਂ ਜਿਸ ਦੇ ਨਾਲ ਉਸ ਨੌਜਵਾਨ ਦੀ ਮੌਤ ਹੋ ਗਈ ਹੈ। ਅਤੇ ਉਸ ਨੌਜਵਾਨ ਦਾ ਨਾਮ ਮਨਵੀਰ ਸਿੰਘ ਦੱਸਿਆ ਜਾ ਰਿਹਾ, ਜੋ ਕਿ ਮਾਜਰੇ ਦਾ ਰਹਿਣ ਵਾਲਾ ਸੀ। ਕੀ ਆ ਪੂਰਾ ਮਾਮਲਾ, ਉਹ ਤੁਹਾਨੂੰ ਪੁਲਿਸ ਦੇ ਕੋਲੋਂ ਸੁਣਾਉਂਦੇ ਹਾਂ। ਆਪਣਾ ਨਾ ਜਿਹੜੇ ਮਾਜਰੇ ਦੇ ਹੈਗੇ ਸੀ, ਜਿਹੜੇ ਦੋ ਮੁੰਡੇ, ਇਹਨਾਂ ਦਾ ਇੱਥੇ ਅਕਾਊਂਟ ਹੈਗਾ ਵਾ ਬੈਂਕ ਦੇ ਵਿੱਚ, ਇਹਨਾਂ ਦੇ ਮਦਰ ਦਾ। ਅਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਿਕਿਉਰਿਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ। ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ, ਅਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ, ਅਤੇ ਉਹ ਹੁਣ PGI ਲੈ ਗਏ ਹਾਂ। ਬਾਕੀ ਜਿਹੜੀ ਤਫਤੀਸ਼ ਕਰਦੇ ਹਾਂ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ, ਇਹਨਾਂ ਦੀ ਕਿਹੜੀ ਗੱਲੋਂ ਇਹਨਾਂ ਦੀ ਜਿਹੜੀ ਲੜਾਈ ਹੋਈ ਆਪਸ ਵਿੱਚ, ਇਹਦੇ ਕਰਕੇ ਉਹਨੇ ਗੋਲੀ ਚਲਾਤੀ ਸੀ। ਇੱਕ ਚਲਾਈ ਆ ਜੀ ਗੋਲੀ, ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਹੈ ਵੀ ਉਹਦੇ ਗੋਲੀ ਲੱਗੀ ਹੈ ਜਿਹੜੀ, ਅਤੇ ਬਾਕੀ ਜਾ ਕੇ ਇੱਕ ਵਾਰ PGI ਦੇਖਦੇ ਹਾਂ ਜੀ ਉੱਥੋਂ ਰੁਕ ਆ ਗਿਆ ਵਾ ਅਗਲੀ। ਨਹੀਂ, ਇਹਨਾਂ ਦੀ ਮਦਰ ਦਾ ਇੱਥੇ ਅਕਾਊਂਟ ਆ, ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਉਹਨਾਂ ਕੋਲ ਪੁੱਛਗਿੱਛ ਕੀਤੀ, ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਛ ਵੀ ਸਾਨੂੰ ਤੁਸੀਂ ਗਲਤ ਔਖੇ ਭਾਰੇ ਬੋਲਦੇ ਆ, ਜਿਹਦੇ ਕਰਕੇ ਬਾਹਰ ਨਿਕਲ ਗਏ ਸੀ। ਪਰ ਸਿਕਿਉਰਿਟੀ ਵਾਲਿਆਂ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਪਰ ਗੋਲੀ ਚਲਾਤੀ ਸੀ। ਹਾਂਜੀ, ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ, ਉਹਨੂੰ ਅਜੇ ਦੇਖਦੇ ਹਾਂ ਜੀ ਅੱਗੇ ਉੱਥੋਂ ਕੀ ਉਹਦੇ ਆਉਂਦਾ ਅਤੇ ਅੱਗੇ ਕਾਰਵਾਈ ਕੀਤੀ ਜਾਊਗੀ ਜੀ। ਵੈਪਨ ਉਹਦੇ ਕੋਲ ਸੀ ਜਿਹੜਾ ਹੈਗਾ, ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਉਹ ਫਿਰ ਨੌਜਵਾਨ ਦੇਖੋ ਜੀ, ਸਾਨੂੰ ਇਨਫੋਰਮੇਸ਼ਨ PGI ਤੋਂ ਆਈ ਆ, ਅਤੇ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਹਾਂ ਜੀ ਵੀ ਕੀ ਉਹਦੇ ਹਾਲਾਤ ਹੈਗੇ ਆ, ਉਸ ਹਿਸਾਬ ਨਾਲ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਜੀ। ਇੱਕ ਦੀ ਲੱਗੀ ਅਜੇ ਤੱਕ ਜਿਹੜਾ ਹੈਗਾ ਵਾ ਇੱਕ ਦੇ, ਨਹੀਂ ਅਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਅਜੇ, ਉਹ ਜਿਹੜੇ ਅਜੇ ਰਸਤੇ ਵਿੱਚ ਆ। ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ, ਕੋਈ ਲੁੱਟ ਦਾ ਇੱਦਾਂ ਦਾ ਕੋਈ ਹੈ ਨਹੀਂ, ਇਹ ਆਪਸ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾਤੀ ਹੈ ਜੀ। ਹੁਣ ਅਸੀਂ ਉੱਥੋਂ ਇਨਫੋਰਮੇਸ਼ਨ ਆਈ ਆ, ਅੱਗੇ ਜਿਹੜੀ ਹੈਗੀ ਆ ਬਣਦੀ ਤਫਤੀਸ਼ ਕਰਕੇ ਜੋ ਵੀ ਆ FIR ਦਰਜ ਕਰਕੇ ਜਿਹੜੀ ਕਾਰਵਾਈ ਅਮਲ 'ਚ ਲਿਆਵਾਂਗੇ ਜੀ ਅੱਗੇ। ਪ੍ਰਦੀਪ ਕੌਰ ਜੀ, ਅੱਛਾ ਜਿਹੜਾ ਇਹ ਮਾਮਲਾ ਹੋਇਆ ਇਹਦੇ ਵਿੱਚ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ, ਉਹਦੇ ਤੁਹਾਡਾ ਬੇਟਾ ਵੀ ਨਾਲ? ਮੇਰਾ ਬੇਟਾ ਇੱਕ ਹੈਗਾ ਜੀ। ਇਹ ਨੌਜਵਾਨ ਕੀ ਕਰਨ ਆਏ ਸੀ ਬੈਂਕ ਤੋਂ ਪਤਾ ਲੱਗੇ? ਜਿਹੜਾ ਤਾਂ ਮੇਰਾ ਬੇਟਾ ਦਾ ਉਹ ਤਾਂ ਪੇਰਸਾਂ ਬਾਰੇ ਆਇਆ ਤਾਂ ਜੀ ਪਤਾ ਕਰਨ, ਔਰ ਦੂਸਰੇ ਦਾ ਨਹੀਂ ਮੈਨੂੰ ਪਤਾ ਜੀ ਹੈਗਾ ਵੀ ਉਹ ਮਤਲਬ ਉਹ ਦੂਸਰਾ ਮੁੰਡਾ ਜਿਹੜਾ ਗੈਲ ਤਾ ਜਿਹਦੇ ਗੋਲੀ ਕਰ ਲੱਗੀ ਤੀ ਉਹ ਵੀ ਗੈਲੇ ਆਇਆ ਤਾਂ ਪਤਾ ਕਰਨ ਵੀ ਕਾਹਤੇ ਕੱਟ ਰਹੇ ਪੈਸੇ ਕਾਹਤੇ ਨਹੀਂ। ਹਾਂਜੀ ਜਿਹੜੇ ਹਾਂਜੀ ਉਰੀ ਦਈਏ ਜੀ। ਅੱਛਾ ਪਹਿਲਾਂ ਵੀ ਤੁਸੀਂ ਬੈਂਕ 'ਚ ਆਏ ਆਪਣੇ ਬੈਂਕ ਖਾਤਾ ਚੈੱਕ ਕਰਾਉਣ ਵਾਸਤੇ? ਮੈਂ ਤਾਂ ਜੀ ਆ ਜਾਂਦੀ ਹਾਂ ਕਰਾਉਣ ਜੀ, ਹੁਣ ਵੀ ਜੇ ਮੈਂ ਹਲੇ ਆਉਣਾ ਤਾਂ ਚੈੱਕ ਕਰਾਉਣ, ਮੈਂ ਪੈਸੇ ਵੀ ਜਮ੍ਹਾਂ ਚੈੱਕ ਕਰਾਉਣ ਆਉਣਾ ਤਾਂ ਜਦ ਹੁਣ ਗੋਲੀ ਲੱਗੀ ਆ, ਹੁਣ ਮੈਂ ਜਦ ਦੇਖਿਆ ਬੈਂਕ ਬੰਦ ਆ ਹਲੇ, ਮੈਂ ਇਸ ਕਰਕੇ ਕਾਪੀ ਲੈ ਕੇ ਨਹੀਂ। ਬੇਟਾ ਮੇਰਾ ਠੀਕ ਹੈ ਜੀ। ਨੌਜਵਾਨ ਦੀ ਗੋਲੀ ਲੱਗੀ ਉਹਦੇ ਬਾਰੇ ਪਤਾ ਲੱਗਿਆ ਕਿਵੇਂ? ਹਲੇ ਤਾਂ ਕੋਈ ਪਤਾ ਨਹੀਂ ਲੱਗਿਆ ਸਰ ਵੀ ਕੀ ਘਟਨਾ ਨੂੰ ਪੂਰੀ ਹੈ, ਘਟਨਾ ਨੂੰ ਕਿਵੇਂ ਦੇਖਦੇ ਹੋ, ਕੋਈ ਚੱਲਣ ਜੀ ਗਲਤ ਹੋਇਆ ਕਿਵੇਂ? ਗਲਤ ਹੈ ਕਰਿਆ ਜੀ, ਇਹਨਾਂ ਨੇ ਜਿਹੜੀ ਗੋਲੀ ਚਲਾਈ ਗਲਤ ਕਰਾ।